ਕਮਲਜੀਤ ਸਿੰਘ ਬਨਵੈਦੀ ਕਹਾਣੀ ਆਮ ਬੰਦਾ ਖਾਸ ਸੋਚ ਪਤਾ ਨਹੀਂ ਆਮ ਲੋਕਾਂ ਦਾ ਇਸ ਪਾਸੇ ਵੱਲ ਧਿਆਨ ਗਿਆ ਹੋਵੇ ਜਾਂ ਨਹੀਂ ਪਰ ਮੇਰੀ ਪੱਤਰਕਾਰਤਾ ਵਾਲੀ ਸੂਈ ਜ਼ਰੂਰ ਇਸ ਨੁਕਤੇ ਵੱਲ ਘੁੰਮ ਗਈ ਹੈ ਕਿ ਮਾਝੇ ਤੇ ਮਾਲਵੇ ਦੇ ਨਾਲੋਂ ਦੁਆਬੇ 'ਚ ਚੈਰੀਟੇਬਲ ਹਸਪਤਾਲ ਵਧੇਰੇ ਹਨ ਇੱਥੋਂ ਦੇ ਸਰਕਾਰੀ ਸਕੂਲ ਵੀ ਦਿਖ ਪੱਖੋਂ ਵਧੇਰੇ ਖੂਬਸੂਰਤ ਹਨ ਮੈਂ ਕੱذਯੰਤ ਤੋਂ ਬਾਅਦ ਇਸ ਸਿੱਟੇ ਤੇ ਪੁੱਜਿਆ ਕਿ ਦੁਆਬੇ ਖੇਤੇ 'ਚ ਚੱਲਦੇ ਜ਼ਿਆਦਾਤਰ ਚੈਰੀਟੇਬਲ ਹਸਪਤਾਲ ਐਨ ਆਰ ਆਈਜ਼ ਦੇ ਪੈਸਿਆਂ ਨਾਲ ਬਣੇ ਹਨ ਤੇ ਇਹਨਾਂ ਨੂੰ ਚਲਾਉਣ 'ਚ ਵੱਡਾ ਯੋਗਦਾਨ ਵੀ ਉਹਨਾਂ ਦਾ ਹੈ ਇਸ ਗੱਲ ਦੀ ਬੜੀ ਖੁਸ਼ੀ ਤਸੱਲੀ ਵੀ ਹੈ ਕਿ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਉਹ ਪਿੰਡਾਂ ਨਾਲ ਜੁੜੇ ਹੋਏ ਹਨ ਮੇਰਾ ਆਪਣਾ ਪਿੰਡ ੜਾਪੜ ਵੀ ਦੁਆਬੇ 'ਚ ਪੈਂਦਾ ਹੈ ਤੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਇੱਥੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਇੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਚੱਲ ਰਿਹਾ ਹੈ ਇਹਦੇ ਸਾਹਮਣੇ ਗੁਰਦੁਆਰਾ ਸ਼ਹੀਦ ਗੰਗਸਾਹਿਬ ਕੰਪਲੈਕਸ ਤੋਂ ਦੋ ਦਹਾਕੇ ਪਹਿਲਾਂ ਲੜਕੀਆਂ ਲਈ ਡਿਗਰੀ ਕਾਲਜ ਖੁੱਲ ਗਿਆ ਸੀ ਪਿੰਡ ਦੇ ਲਹਿੰਦੇ ਪਾਸੇ ਵੱਲ ਦੂਰ ਹੀ ਉੱਚੀ ਲੰਬੀ ਬਿਰਧ ਆਸ਼ਰਮ ਦੀ ਚਿੱਟੀ ਇਮਾਰਤ ਵੀ ਦਿਖ ਰਹੀ ਹੈ ਜਦੋਂ ਮੇਰੀ ਬੇਬੇ ਨੂੰ ਪੀਜੀਆਈ ਤੋਂ ਜੌਬ ਮਿਲ ਗਿਆ ਸੀ ਤਾਂ ਉਹਨੂੰ ਆਖਰੀ ਦਿਨਾਂ ਦੌਰਾਨ ਪਿੰਡ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ 'ਚ ਰੱਖਣਾ ਪਿਆ ਸੀ ਮੈਂ ਹਸਪਤਾਲ ਦੇ ਬਰਾਮਦੇ ਵਿੱਚ ਰਾਤ ਵੇਲੇ ਟਹਿਲਦਿਆਂ ਹੋਇਆਂ ਦੇਖਦਾ ਸਾਂ ਕਿ ਹਸਪਤਾਲ ਦੀ ਉਸਾਰੀ ਲਈ ਮੇਰੇ ਪਿੰਡ ਦੇ ਵਿਸ਼ੇਸ਼ ਵਸੇ ਬੰਦਿਆਂ ਵੱਲੋਂ 1.5 ਕਰੋੜ ਰੁਪਏ ਤੋਂ ਵੱਧ ਰਕਮ দান ਕਰਨ ਦੇ ਪੱਥਰ ਲੱਗੇ ਹੋਏ ਸਨ ਉੱਥੇ ਪਤਾ ਲੱਗਿਆ ਸਾਹਮਣੇ ਗੁਰਦੁਆਰਾ ਕੰਪਲੈਕਸ ਵਿੱਚ ਚੱਲਦੇ ਲੜਕੀਆਂ ਦੇ ਕਾਲਜ ਕੁੜੀਆਂ ਦੀ ਗਿਣਤੀ 500 ਨੂੰ ਪਾਰ ਕਰ ਗਈ ਹੈ ਤੇ ਆਲੇ ਦੁਆਲੇ ਦੇ 18 ਪਿੰਡਾਂ ਦੀਆਂ ਕੁੜੀਆਂ ਕਾਲਜ ਵਿੱਚੋਂ ਸਿੱਖਿਆ ਲੈਣ ਆਉਂਦੀਆਂ ਹਨ ਕਾਲਜ ਦੀ ਆਪਣੀ ਬੱਸ ਸਰਵਿਸ ਵੀ ਹੈ ਮਰੀਜ਼ਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਵਿੱਚ ਹੀ ਲੰਗਰ ਛਕਦੇ ਹਨ ਮੈਂ ਵੀ ਦੋਵੇਂ ਵੇਲੇ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਵਾਲੀ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦਾ ਰਿਆ ਮੇਰੀ ਬੇਬੇ ਜੀ ਦੇ ਸਦੀਵੀ ਤੁਰ ਜਾਣ ਤੋਂ ਪਹਿਲੇ ਐਤਵਾਰ ਦੀ ਗੱਲ ਹੈ ਮੈਂ ਹਸਪਤਾਲ ਦੇ ਬਾਹਰ ਟਹਿਲ ਰਿਹਾ ਸਾਂ ਹਸਪਤਾਲ ਦੀ ਐਮਰਜੈਂਸੀ ਮੁਰੇ ਇੱਕ ਵੈਨ ਆ ਕੇ ਰੁਕੀ ਉੱਥੇ ਪਹਿਲਾਂ ਤੋਂ ਮੌਜੂਦ ਡਾਕਟਰਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਵੈਨ ਦਵਾਈਆਂ ਦੇ ਡੱਬਿਆਂ ਨਾਲ ਭਰੀ ਪਈ ਸੀ ਸਟਾਫ ਦਵਾਈਆਂ ਲਾਉਣ 'ਚ ਜੁਟ ਗਿਆ ਹਸਪਤਾਲ ਦੀ ਪ੍ਰਬੰਧਨ ਕਮੇਟੀ ਦਾ ਪ੍ਰਧਾਨ ਵੀਡੀਓ ਬਣਾ ਰਿਹਾ ਸੀ ਵੈਨ ਦੇ ਇੱਕ ਪਾਸੇ ਖੜੇ ਐਸ ਐਮਓ ਕੈਮਰੇ ਅੱਗੇ ਖੜੇ ਹੋ ਕੇ ਬੋਲ ਰਹੇ ਸਨ ਕਿ ਦੋ ਦਹਾਕੇ ਪਹਿਲਾਂ ਪਿੰਡ ਛੱਡ ਕੇ ਅਮਰੀਕਾ ਜਾ ਵਸੇ ਸੋਹਣ ਸਿੰਘ ਦੇ ਬੇਟੇ ਨੇ ਆਪਣੇ ਵਿਆਹ ਮੌਕੇ 5 ਲੱਖ ਦੀਆਂ ਦਵਾਈਆਂ ਹਸਪਤਾਲੇ ਭੇਜੀਆਂ ਹਨ ਵੈਨ ਦੇ ਨਾਲ ਕਾਰਚਾ ਇੱਕ ਸੱਜਣ ਨੇ ਲੱਡੂਆਂ ਦੇ ਡੱਬੇ ਖੋਲ ਕੇ ਮਰੀਜ਼ਾਂ 'ਚ ਵੰਡਣੇ ਸ਼ੁਰੂ ਕਰ ਦਿੱਤੇ ਦੁਪਹਿਰ ਵੇਲੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਣ ਗਿਆ ਤਾਂ ਲੰਗਰ ਹਾਲ ਦੇ ਵਿਹੜੇ 'ਚ ਦੋ ਨਵੀਆਂ ਐਂਬੂਲੈਂਸਾਂ ਫੁੱਲਾਂ ਦੇ ਹਾਰਾਂ ਨਾਲ ਸ਼ਿੰਗਾਰੀਆਂ ਖੜੀਆਂ ਸਨ ਇਹ ਦੋਵੇਂ ਐਂਬੂਲੈਂਸਾਂ ਸੋਨ ਸਿੰਘ ਨੇ ਹਸਪਤਾਲ ਲਈ দান ਕੀਤੀਆਂ ਸਨ ਲੰਗਰ ਵਰਤਾਰੇ ਗੱਭਰੂ ਦੱਸ ਰਹੇ ਸਨ ਕਿ ਸੋਨ ਸਿੰਘ ਨੇ ਆਪਣੇ ਬੇਟੇ ਨੂੰ ਸਰਪ੍ਰਾਈਜ਼ ਦੇਣ ਲਈ ਉਹਦੇ ਵਿਆਹ ਮੌਕੇ ਐਂਬੂਲੈਂਸਾਂ দান ਕੀਤੀਆਂ ਹਨ ਪਰ ਉਤ ਤੋਂ ਵੱਧ ਹੈਰਾਨੀ ਦੀ ਗੱਲ ਇਹ ਪਤਾ ਲੱਗੀ ਕਿ ਦਵਾਈਆਂ ਦੀ ਪਰਿਵਹਨ ਉਹਦੇ ਬੇਟੇ ਨੇ ਆਪਣੇ ਪਿਤਾ ਤੋਂ ਲੁਕੋ ਕੇ ਸਰਪ੍ਰਾਈਜ਼ ਦੇਣ ਲਈ ਭੇਜੀ ਹੋਈ ਹੈ ਖੁਸ਼ੀ ਤੇ ਹੈਰਾਨੀ ਦੇ ਮਾਰੇ ਮੈਂ ਥੋ ਲੰਗਰ ਨਹੀਂ ਛਕਿਆ ਜਾ ਰਿਹਾ ਸੀ ਮੈਂ ਅੰਦਰੋਂ ਅੰਦਰ ਹੀ ਐਨਆਰਆਈਜ਼ ਦੀ ਸੋਚ ਤੇ ਆਪਣੀ ਧਰਤੀ ਨਾਲ ਜੁੜੇ ਰਹਿਣ ਦੇ ਫੈਸਲੇ ਬਾਰੇ ਸੋਚ ਰਿਹਾ ਸੀ ਅਗਲੇ ਪਲ ਮੇਰੇ ਮਨ 'ਚ ਖਿਆਲ ਆਇਆ ਕਿ ਅੱਜ ਕਿਸਾਨ ਭਾਵੇਂ ਕਿੰਨੇ ਵੀ ਵਿੱਤੀ ਸੰਕਟ ਨਾਲ ਜੂਝ ਰਿਹਾ ਪਰ ਵਿਆਹ ਸ਼ਾਦੀ ਤੇ ਕਰਜ਼ਾ ਲੈ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਵੱਡਾ ਵਿਆਹ ਕਰਨ ਦੀ ਹੋੜ ਲੱਗੀ ਹੋਈ ਹੈ ਇਹ ਸੋਚਦੇ ਹੀ ਮੇਰੇ ਮੂੰਹ ਅੰਦਰ ਮਿੱਠੀਆਂ ਜਲੇਬੀਆਂ ਵੀ ਫੁੱਲਣ ਲੱਗ ਪਈਆਂ ਫਿਰ ਬੇਬੇ ਨੂੰ ਬੈੱਡ ਤੇ ਇਕੱਲਿਆਂ ਛੱਡੇ ਹੋਣ ਦਾ ਖਿਆਲ ਆਉਣ ਤੇ ਕਾਲੀ-ਕਾਲੀ ਰੋਟੀ ਖਾ ਕੇ ਹਸਪਤਾਲ ਵੱਲ ਤੇਜ਼ੀ ਨਾਲ ਤੁਰ ਪਿਆ। ਅਗਲੀ ਕਹਾਣੀ ਬਾਜਰੇ ਦੀ ਰੋਟੀ। ਚਾਚਾ ਚੰਚਲ ਸਿੰਘ ਨੂੰ ਜੇ ਪੁਰਖਿਆਂ ਤੋਂ ਚਾਰ ਸਿਆੜ ਮਿਲੇ ਹੁੰਦੇ ਤਾਂ ਸੂਰਤ ਦੇ ਹਾਈਵੇ ਤੇ ਟਰੱਕਾਂ ਦੇ ਟਾਇਰਾਂ ਨੂੰ ਪੈਂਚਰ ਲਾਉਣ ਤੋਂ ਬਚ ਜਾਂਦਾ। ਘਰ 'ਚੋਂ ਆਪ, ਪਤਨੀ ਉਹਦੇ ਤਿੰਨ ਮੁੰਡੇ ਇੱਕ ਕੁੜੀ ਸਨ। ਵੱਡੇ ਪਰਿਵਾਰ ਦਾ ਖਰਚਾ ਪੈਂਚਰ ਲਾ ਕੇ ਪੂਰਾ ਨਾ ਪੈਂਦਾ। ਉਹਨੇ ਗਰੀਬੀ ਤੋਂ ਅੱਕ ਕੇ ਪਰਿਵਾਰ ਨੂੰ ਪਿੰਡ ਭੇਜਣ ਤੇ ਆਪ ਉੱਥੀ ਕਿਰਸ ਕਰਕੇ ਚਾਰ ਕੌਡੀਆਂ ਜੋੜਨ ਦਾ ਫੈਸਲਾ ਲੈ ਲਿਆ ਚਾਚੀ ਗੁਰਮੀਤ ਕੌਰ ਪਿੰਡ ਆ ਕੇ ਸਾਡੇ ਘਰ ਮੂਰੇ ਰਹਿਣ ਲੱਗ ਪਈ ਸੀ ਸਾਡੇ ਨਾਲ ਉਹਦਾ ਚੰਗਾ ਮੋਹ ਪੈ ਗਿਆ ਮੇਰੀ ਬੇਬੀ ਨੂੰ ਉਹ ਬੀਬੀ ਕਿਹਾ ਕਰੇ ਤੇ ਪਿੰਡ ਵਾਲਿਆਂ ਨੂੰ ਆਸ ਸੀ ਕਿ ਸੂਰਤ ਤੋਂ ਖਾ ਕਮਾ ਕੇ ਚਾਚਲ ਚੈਂਚਲ ਸਿੰਘ ਵੱਲੋਂ ਪਿੰਡ ਨੂੰ ਭੇਜਿਆ ਪਰਿਵਾਰ ਟੌਰ ਟੱਪੇ ਨਾਲ ਰਿਹਾ ਕਰੂ ਜਲਦੀ ਪਤਾ ਲੱਗ ਗਿਆ ਕਿ ਚਾਚੇ ਨੇ ਚਾਚੀ ਨੂੰ ਇਹ ਕਹਿ ਕੇ ਪਿੰਡ ਤੋਰਿਆ ਸੀ ਵੀ ਉਹਦੇ ਹੱਥਾਂ ਵੱਲ ਝਾਂਕ ਨਾ ਰੱਖੇ ਪਿੰਡ ਦੇ ਢਾਈ ਸਿਆੜ ਨੂੰ ਆਪ ਵਾਹ ਵਹਾ ਕੇ ਘਰ ਚਲਾ ਲਵੇ ਚਾਚੀ ਲੱਗਦੀ ਤਾਂ ਸ਼ਹਿਰਨ ਸੀ ਪਰ ਪਿੰਡ ਆ ਕੇ ਉਹਨੇ ਚਿੱਟੇ ਕਪੜੇ ਨੂੰ ਸਿਰ ਤੇ ਬਲੇਟ ਧੌਣ ਵਾਲੇ ਪਾਸੇ ਨੂੰ ਪਰਨਾ ਸੁੱਟ ਮਰਦਾਂ ਦੀ ਤਰ੍ਹਾਂ ਕੰਮ ਕੀਤਾ ਮੈਨੂੰ ਯਾਦ ਹੈ ਉਹ ਹਨੇਰੇ ਹੋਏ ਘਰੇ ਵੜਦੀ ਵੱਡੇ ਪੁੱਤ ਬੰਤ ਨੂੰ ਛੱਡ ਕੇ ਬਾਕੀ ਤਿੰਨ ਬੱਚੇ ਛੋਟੇ ਸਨ ਘਰ ਦਾ ਕੰਮ ਕਰਦੀ ਨੂੰ ਹਨੇਰਾ ਪੈ ਜਾਂਦਾ ਛੋਟੇ ਦੋ ਤਾਂ ਭੁੱਖਣ ਪਾਣੀ ਸੌਂ ਜਾਂਦੇ ਉਪਰੋਂ ਦੂਜਿਆਂ ਦੀ ਵੀ ਕਦੇ-ਕਦਾਈਂ ਲੇਟ ਫੇਟ ਅੱਖ ਲੱਗ ਜਾਂਦੀ ਘਰ ਦਾ ਕੰਮ ਕਾਜ ਨਿਬੇੜ ਕੇ ਉਹ ਸਾਡੇ ਘਰ ਦਾ ਬੂਆ ਖੜਕਾ ਕੇ ਬੇਬੇ ਨੂੰ ਪੁੱਛਦੀ ਭਲਾਂ ਬੀਬੀ ਕੁਝ ਸਬਜ਼ੀ ਵੀ ਬਚੀ ਪਈ ਐ ਛੋਟੇ ਦੋ ਡਿੱਗ ਪਏ ਆ ਤੀਜਾ ਵੀ ਅੱਧਾ ਸੁੱਤਾ ਜਿਆ ਮੰਤ ਲਈ ਸਬਜ਼ੀ ਚਾਹੀਦੀ ਐ ਮੈਂ ਤਾਂ ਰਤੱਕ ਪਾਣੀ ਪੀ ਲਿਆ ਮੈਨੂੰ ਭੁੱਖ ਨਹੀਂ ਨਹੀਂ ਤਾਂ ਬਾਜਰੀ ਦੀ ਰੋਟੀ ਸਵੇਰ ਵਾਲੀ ਪਈ ਐ ਮੈਂ ਹੱਥ ਤੇ ਧਰ ਕੇ ਖਾ ਲਵਾਂ ਕਿਰਸਾ ਕਰਨ ਲਈ ਹਫ਼ਤੇ 'ਚੋ ਦੋ ਤਿੰਨ ਵਾਰੀ ਸਬਜ਼ੀ ਬਣਾਉਂਦੀ ਹੋਏਗੀ ਉਹ ਵੀ ਬਗੈਰ ਤੜਕੇ ਤੋਂ ਲੂਣ ਤੇ ਮਿਰਚ ਸੁੱਟ ਕੇ ਇੱਕ ਤਰ੍ਹਾਂ ਉਬਾਲ ਕੇ ਸਬਜ਼ੀ ਖਾਣ ਵਾਲੀ ਗੱਲ ਸੀ ਕਈ ਵਾਰ ਰੋਟੀ ਤੇ ਲੂਣ ਭੁੱਕ ਕੇ ਵੀ ਖਾ ਲੈਣੀ ਇੰਜੀਓ ਟੱਬਰ ਪਾਲਦੀ ਰਹੀ ਚਾਚਾ ਚੈਂਚਲ ਸਿੰਘ 3 ਸਾਲ ਬਾਅਦ ਛੁੱਟੀ ਆਇਆ ਉਹਨੇ ਆਉਂਦਿਆਂ ਹੀ ਨਵੀਂ ਬੈਠਕ ਛੱਤਣੀ ਸ਼ੁਰੂ ਕਰਤੀ ਘਰ ਦੇ ਭਾਗ ਬਦਲ ਗਏ ਜਿਨੀ ਦਿਨੀ ਚਾਚਾ ਪਿੰਡ ਆਇਆ ਬਸ ਉਹ ਤੋਂ ਇੱਕ ਦਿਨ ਅੱਗੜ ਪਿੱਛੇ ਹੀ ਮੈਨੂੰ ਚੰਡੀਗੜ੍ਹ ਨੌਕਰੀ ਮਿਲ ਗਈ ਸੀ ਬਾਅਦ ਚ ਵਿਆਹ ਵੀ ਉੱਥੇ ਹੀ ਹੋ ਗਿਆ ਤੇ ਉੱਥੇ ਹੀ ਟਿਕ ਗਿਆ ਵਿਆਹ ਵੇਲੇ ਪਤਨੀ ਦਾ weight 48 ਸੀ ਦੋ ਬੱਚਿਆਂ ਤੋਂ ਬਾਅਦ ਵੀ ਉਹਨੇ 55 ਟੱਪਣ ਨਾ ਦਿੱਤਾ ਆ ਬਸ 45 ਟੱਪਦੇ ਹੀ ਉਹਦਾ ਸਰੀਰ ਜਿਵੇਂ ਫੁੱਲ ਗਿਆ ਹੋਵੇ ਨਾ ਕਸਰਤ ਨਾ ਘਰ ਜਾਂ ਬਾਹਰ ਦਾ ਕੰਮ ਉਹ ਡਾਈਟੀਸ਼ਨ ਕੋਲ ਚਲੀ ਗਈ ਡਾਈਟੀਸ਼ਨ ਨੇ 3 ਮਹੀਨੇ ਦੀ 15000 ਰੁਪਏ ਦੀ ਫੀਸ ਅਗਾਊਂ ਲੈਂਦੇ ਆ ਖਾਣ ਪੀਣ ਦੀਆਂ ਕਈ ਹਦਾਇਤਾਂ ਕਰ ਦਿੱਤੀਆਂ ਸਾਡੇ ਘਰ ਆਮ ਹੀ ਰੋਗੀ ਮਤਲਬ ਬਾਜਰੇ ਦੀ ਰੋਟੀ ਬਣਨ ਲੱਗੀ ਸਬਜ਼ੀ ਵੀ ਉਬਾਲ ਕੇ ਖਾਧੀ ਜਾ ਰਹੀ ਹੈ ਕਦੇ ਪੋਆ ਕਦੇ ਦਲੀਆ ਕਦੇ-ਕਦੇ ਬ੍ਰੈਡ ਤੇ ਨੂਨ ਭੁੱਕ ਕੇ ਵੀ ਗੁਜ਼ਾਰਾ ਚੱਲ ਜਾਂਦਾ ਪੰਜ-ਛੇ ਦਿਨਾਂ ਬਾਅਦ ਪਤਨੀ ਇਹ ਕਹਿ ਕੇ ਵੀ ਰੋਟੀ ਨਹੀਂ ਖਾਂਦੀ ਕਿ ਭੁੱਖ ਨਹੀਂ ਅੱਜ ਵੀ ਜਦੋਂ ਪਤਨੀ ਨੇ ਸਭ ਲਈ ਉਬਲੀ ਸਬਜ਼ੀ ਖਾਣੇ ਦੇ ਮੇਜ਼ ਤੇ ਲਿਆ ਧਰੀ ਤਾਂ ਚਾਚੀ ਗੁਰਮੀਤ ਕੌਰ ਖੰਮੂਰੇ ਆ ਗਈ ਜਿਹੜੀ ਖਰਚਾ ਬਚਾਉਣ ਲਈ ਗ਼ੂਣ ਮਿਰਚਾਂ ਪਾ ਕੇ ਉਬਲੀ ਸਬਜ਼ੀ ਖਾ ਲੈਂਦੀ ਸੀ ਪਰ ਮੇਰੀ بیوی ਤਾਂ ਸਲਿਮ ਰਹਿਣ ਲਈ ਉਬਲੀਆਂ ਸਬਜ਼ੀਆਂ ਖਾਂਦੀ ਐ ਰੋਟੀ ਦੀ ਮੇਜ਼ ਤੇ ਬੈਠ ਮੈਥੋਂ ਸਾਰੀ ਗੱਲ ਬੱਚਿਆਂ ਨੂੰ ਦੱਸ ਹੋ ਗਈ ਤੇ ਮੇਰੀ ਪਤਨੀ ਇਹ ਕਹਿ ਕੇ ਉੱਠ ਪਈ ਕਿ ਮੰਗਵਾ ਲਓ ਹੋਟਲ ਤੋਂ ਮੇਰਾ ਕੀ ਐ ਮੈਂ ਤਾਂ ਬਾਜਰੀ ਦੀ ਰੋਟੀ ਹੱਥੇ ਧਰ ਕੇ ਖਾ ਲਵਾਂ ਮੈਥੋਂ ਨਾ ਚਾਹੁੰਦੀਆਂ ਵੀ ਕਹਿ ਹੋ ਗਿਆ ਸ਼ਰਨਾ ਨਾਲੋਂ ਚਾਚੀ ਗੁਰਮੀਤ कौर ਚੰਗੀ ਸੀ ਜਿਹਨੂੰ ਪਤਾ ਸੀ ਕਿ ਸਿਹਤ ਠੀਕ ਰੱਖਣ ਲਈ ਬਾਜਰੇ ਦੀ ਰੋਟੀ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਂਦੀਆਂ ਹਨ ਧੰਨਵਾਦ